ਜੇਕਰ ਤੁਹਾਡੀ ਪਤਨੀ ਤੁਹਾਨੂੰ ਕਾਲਾ ਕਹਿ ਕੇ ਤੁਹਾਡੀ ਇਨਸਲਟ ਕਰਦੀ ਹੈ ਤਾਂ ਤੁਸੀਂ ਉਸ ਤੋਂ ਤਲਾਕ ਲੈ ਸਕਦੇ ਹੋ। ਜੀ ਹਾਂ, ਕਰਨਾਟਕ ਹਾਈ ਕੋਰਟ ਦੇ ਵੱਲੋਂ ਆ ਜਿਹੜਾ ਇੱਕ ਕੇਸ ਵਿੱਚ ਇਹ ਫੈਸਲਾ ਸੁਣਾਇਆ ਗਿਆ। ਪਤਨੀ ਜੇਕਰ ਪਤੀ ਨੂੰ ਕਾਲਾ ਕਹਿ ਕੇ ਉਸ ਤੇ ਇਨਸਲਟ ਕਰਦੀ ਹੈ ਤਾਂ ਉਸ ਨੂੰ ਕ੍ਰੂਐਲਿਟੀ ਯਾਨੀ ਕਿ ਕਰੂਰਤਾ ਦਾ ਆਧਾਰ ਮੰਨਿਆ ਜਾਵੇਗਾ। ਵਿਅਕਤੀ ਦਾ ਵਿਆਹ ਜਿਹੜਾ 2007 ਵਿੱਚ ਹੋਇਆ ਸੀ, ਉਸ ਦੀ ਪਤਨੀ ਨੇ ਇਹ ਕਹਿੰਦੇ ਹੋਏ ਉਸ ਨੂੰ ਛੱਡ ਦਿੱਤਾ ਕਿ ਉਹ ਕਾਲਾ ਹੈ। ਇਸੇ ਗੱਲ ਨੂੰ ਕਵਰ ਕਰਨ ਦੇ ਲਈ ਪਤਨੀ ਨੇ ਪਤੀ ਤੇ ਅਵੈਧ ਸਬੰਧ ਦਾ ਝੂਠਾ ਕੇਸ ਵੀ ਦਰਜ ਕੀਤਾ। ਇਸ ਤੋਂ ਬਾਅਦ 2012 ਦੇ ਵਿੱਚ ਪਤੀ ਨੇ ਬੈਂਗਲੌਰ ਕੋਰਟ ਵਿੱਚ ਮੈਂਟਲ ਹਰੈਸਮੈਂਟ ਦੇ ਆਧਾਰ ਤੇ ਤਲਾਕ ਦੀ ਅਪੀਲ ਵੀ ਦਾਇਰ ਕੀਤੀ। ਜਸਟਿਸ ਆਲੋਕ ਅਰਾਧੇ ਅਤੇ ਅਨੰਤ ਰਾਮਨਾਥ ਹੇਗੜੇ ਦੀ ਬੈਂਚ ਨੇ ਬੀਤੇ ਦਿਨ ਇਹ ਫੈਸਲਾ ਸੁਣਾਇਆ। ਪਤਨੀ ਆਪਣੇ ਪਤੀ ਨੂੰ ਕਾਲਾ ਕਹਿ ਕੇ ਉਸਦੀ ਇਨਸਲਟ ਕਰਦੀ ਸੀ, ਜੋ ਕਿ ਕਰੂਰਤਾ ਹੈ, ਜਿਸ ਦੇ ਚੱਲਦੇ ਪਤੀ ਨੂੰ ਤਲਾਕ ਦੀ ਜਿਹੜੀ ਅਪੀਲ ਦੀ ਮਨਜ਼ੂਰੀ ਦੇ ਦਿੱਤੀ ਗਈ ਹੈ। ਇਸ ਤੋਂ ਇਲਾਵਾ ਹੋਰ ਵੀ ਕਈ ਅਜਿਹੇ ਨਿਯਮ ਹੈ ਜਿਹੜੇ ਉਹਨਾਂ ਦੇ ਵੱਲੋਂ ਜਾਣਕਾਰੀ ਦਿੱਤੀ ਗਈ, ਜਿਸ ਦਾ ਆਧਾਰ ਬਣਾ ਕੇ ਜੇਕਰ ਕੋਈ ਪਤਨੀ ਹੈ ਆਪਣੇ ਪਤੀ ਨੂੰ ਮੈਂਟਲੀ ਤੌਰ 'ਤੇ ਹਰੈਸ ਕਰਦੀ ਹੈ ਤਾਂ ਉਹ ਹੱਕਦਾਰ ਹੈ ਤਲਾਕ ਲੈਣ ਦਾ। ਜੀ ਹਾਂ, ਅੱਜ ਕੱਲ੍ਹ ਇਹ ਬਹੁਤ ਟ੍ਰੈਂਡ ਮੰਨਿਆ ਜਾ ਰਿਹਾ ਕਿ ਮਹਿਲਾਵਾਂ ਲਈ ਬਹੁਤ ਸਾਰੇ ਕਾਨੂੰਨ ਨੇ ਅਤੇ ਜੋ ਵਿਅਕਤੀ ਨੇ, ਜੋ ਮਰਦ ਨੇ, ਉਹਨਾਂ ਨੂੰ ਕਾਨੂੰਨ ਆ ਜਿਹੜੇ ਉਨੀ ਜ਼ਿਆਦਾ ਤਵੱਜੋ ਨਹੀਂ ਦਿੰਦੇ ਜਿਸਦੇ ਉਹ ਹੱਕਦਾਰ ਨੇ। ਅਤੇ ਅੱਜ ਕੱਲ੍ਹ ਬਹੁਤ ਸਾਰੀਆਂ ਮਹਿਲਾਵਾਂ ਵੀ ਅਜਿਹੀਆਂ ਨੇ ਜੋ ਆਪਣੇ ਪਤੀ ਨੂੰ, ਆਪਣੇ ਹਸਬੈਂਡ ਨੂੰ ਮੈਂਟਲੀ ਟੋਰਚਰ ਕਰਦੀਆਂ ਨੇ, ਜਿਸ ਦੇ ਬਾਅਦ ਹੈ ਜਿਹੜੇ ਬਹੁਤ ਸਾਰੀਆਂ ਅਪੀਲਾਂ ਜਿਹੜੀਆਂ ਲਗਾਤਾਰ ਹਾਈ ਕੋਰਟ ਵਿੱਚ, ਅਦਾਲਤਾਂ 'ਚ ਜਾਂਦੀਆਂ ਨੇ। ਅਤੇ ਅਦਾਲਤਾਂ ਦੇ ਵੱਲੋਂ ਹੁਣ ਮਰਦਾਂ ਦੇ ਹੱਕ ਵਿੱਚ ਵੀ ਫੈਸਲੇ ਸੁਣਾਏ ਜਾਣ ਲੱਗੇ ਨੇ। ਅਤੇ ਇਹ ਕਿਹਾ ਜਾ ਰਿਹਾ ਕਿ ਜੇਕਰ ਸੋਸ਼ਲੀ ਤੌਰ 'ਤੇ, ਮੈਂਟਲੀ ਤੌਰ 'ਤੇ ਤੁਹਾਨੂੰ ਹਰੈਸ ਕੀਤਾ ਜਾਂਦਾ ਹੈ ਜਾਂ ਫਿਰ ਤੁਹਾਡੀ ਇਨਸਲਟ ਕੀਤੀ ਜਾਂਦੀ ਹੈ ਤਾਂ ਤੁਸੀਂ ਆਪਣੀ ਪਤਨੀ ਤੋਂ ਅਲੱਗ ਵੱਖ ਹੋ ਸਕਦੇ ਹੋ। ਹੋਰ ਅਪਡੇਟ ਲੈ ਕੇ ਰੂਬਰੂ ਹੋਵਾਂਗੇ। ਫੇਕਦੇ ਰਹੋ ਲੁਧਿਆਣਾ ਲਾਈਵ।